ਕੋਜੀ ਰਾਜਨੀਤੀ ਦੋ ਮੈਂਬਰਾਂ ਨੇ ਦਿੱਲੀ ਦੇ ਅੰਦਰ ਸ਼ੁਰੂਆਤ ਕੀਤੀ ਹੈ ਕੋਜੀ ਰਾਜਨੀਤੀ ਦੀ ਆਪਣੀ ਪ੍ਰਧਾਨਗੀ ਵਾਸਤੇ ਪਾਰਟੀ ਦੇ ਪਿੱਛੇ ਦੇ ਵਿੱਚ ਸ਼ੁਰੂਆਮ ਆ ਰਿਹਾ ਮੈਨੂੰ ਇਹਨਾਂ ਪਤਾ ਹੈ ਕਿ ਜਿੰਨਾਂ ਕੋ ਉਪਾਤ ਪੂਜਾ ਕਰਦੇ ਨੇ ਮਾੜਾ ਮੋਟਾ ਪੈ ਹਜੇ ਵੀ ਹੋਏਗਾ ਇਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਯਾਰ ਅਸੀਂ اپੋਜੀਸ਼ਨ ਨੂੰ ਵੋਟ ਪਾ ਦੇਾਂਗੇ ਅਸੀਂ ਲੇਕਿਨ ਮਨਜਿੰਦਰ ਸਿੰਘ ਸਿਰਸਾ ਦੇ ਗਰੁੱਪ ਨੂੰ ਅਸੀਂ ਦਿੱਲੀ ਦੀ ਕਮੇਟੀ ਦੇ ਕਬਜ਼ ਨਹੀਂ ਹੋਂਦਾਂਗੇ ਤਿਲਕ ਮਾਰਕ ਸਰਦਾਰ ਸੁਖਵੀਰ ਸਿੰਘ ਬਾਲਸਾਹਬ ਦੀ ਕੋਠੀ ਦੇ ਵਿੱਚ ਆਵਾਦੇ ਜਿਹੜੇ ਨੇ ਸਾਡੇ ਨਾਲ ਹੋਏ ਨੇ ਮੈਂ ਦੱਸਦਾ ਇਹਨਾਂ ਨੇ ਗਗਨਦੀਪ ਸਿੰਘ ਬਿੰਦਰਾ ਉਹਦੀ ਡਿਊਟੀ ਲਈ ਕਿ ਤੂੰ ਅਰਸ਼ਰਨ ਬੱਲੀ ਕੋਲ ਜਾ ਜਾ ਕੇ ਕਿਸੇ ਤਰੀਕੇ ਸਰਨਿਆਂ ਨੂੰ ਮਲਾ ਤੇ ਸਾਡਾ ਅਲਾਈਅੰਸ ਕਰਾ ਮੈਂ ਜੋ ਦੋ ਨਾਮ ਲੈ ਰਿਹਾ ਇਹ ਦੋ ਨਾਮ ਉਹ ਨਾਮ ਮੈਂ ਇਸ ਕਰਕੇ ਲੈ ਰਿਹਾ ਕਿਉਂਕਿ ਇਹ ਗੁਰਤੇਗ ਬਾਦਲ ਸਾਹਿਬ ਮਾਰਾ ਦਾ ਪੈਰ ਰੱਖਦੇ ਨੇ ਅੱਜ ਦਿੱਲੀ ਦੀ ਸੰਗਤ ਮਨਾ ਦੇ ਵਿੱਚ ਰੋਸ਼ ਕਰਕੇ ਬੈਠੀ ਹੈ ਕਿ ਆ ਕਰ ਕੀ ਰਹੇ ਨੇ ਕਿ ਸਾਡੇ ਗੁਰਦੁਆਰੇ ਦਾ ਸਰਿਆ ਵੇਚ ਕੇ ਖਾ ਗਿਆ ਪੈਸਾ ਵੇਚ ਕੇ ਪੈਸਾ ਖਾ ਗਿਆ ਹੈ ਮੇਰੇ ਸਾਹਮਣੇ ਦੀ ਗੱਲ ਹੈ ਮੈਂ ਕਹਿੰਦਾ ਗੁਰੂ ਦੀ ਹਜ਼ੂਰੀ ਦੇ ਵਿੱਚ ਆ ਕੇ ਮੇਰੇ ਨਾਲ ਗੱਲ ਕਰਨ ਮੈਂ ਫਿਰ ਦੱਸੂਗਾ ਸਾਨੂੰ ਸੋਸ਼ਲ ਮੀਡੀਆ ਤੇ ਆਪਣੇ ਚੰਗੇ ਕੰਮ ਦੱਸਨੇ ਚਾਹੀਦੇ ਨੇ ਸਾਡੇ ਨਾਲ ਨੇ ਦਿੱਲੀ ਕਮੇਟੀ ਦੇ ਮੈਂਬਰ ਸਰਦਾਰ ਸੁਖਵਿੰਦਰ ਸਿੰਘ ਜੀ ਬੱਬਰ ਅਸੀਂ ਉਹਨਾਂ ਨੂੰ ਜੈ ਆਂਖ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਵਿੰਦਰ ਜੀ ਕੱਲ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਜਦੋਂ ਗੱਲ ਕੀਤੀ ਗਈ ਅਕਾਲੀ ਦਲ ਦੇ ਦੋ ਮੈਂਬਰਾਂ ਦੇ ਉੱਤੇ ਲੈ ਕੇ ਰਮਵੀ ਸਿੰਘ ਕਲਕਵਲ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਨਹੀਂ ਉਹਨਾਂ ਨੇ ਕੱਲ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਕੋਜੀ ਰਾਜਨੀਤੀ ਦੋ ਮੈਂਬਰਾਂ ਨੇ ਦਿੱਲੀ ਦੇ ਅੰਦਰ ਸ਼ੁਰੂਆਤ ਕੀਤੀ ਹੈ ਕੋਜੀ ਰਾਜਨੀਤੀ ਦੀ ਉਹਨਾਂ ਨੇ ਸਦਾਰ ਸੁਖਵੀਰ ਸਿੰਘ ਬਾਦਲ ਸਾਹਿਬ 'ਤੇ ਝੂਠੇ ਇਲਜ਼ਾਮ ਲਾਏ ਮੈਂ ਸਮਝਦਾ ਕਿ ਸਦਾਰ ਹਰਮੀ ਸਿੰਘ ਕਾਲਕਾ ਜੀ ਦੀ ਜੋ ਪ੍ਰਧਾਨਗੀ ਹੈ ਨਾ ਉਹ ਝੂਠ ਦੀ ਸੇਜ ਦੇ ਉੱਤੇ ਤਿਆਰ ਹੋਈ ਹੈ ਕਿਉਂਕਿ ਪਹਿਲੇ ਦਿਨ ਤੋਂ ਹੀ ਝੂਠ ਨਿਹਰਾ ਝੂਠ ਬੋਲਿਆ ਜਾ ਰਿਹਾ ਹੋਰ ਕੁਝ ਨਹੀਂ ਹੈਗਾ ਕੋਜੀ ਰਾਜਨੀਤੀ ਉਹਨਾਂ ਨੇ ਸਾਨੂੰ ਕਿਹਾ ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਨਾ ਕਿ ਕੋਜੀ ਰਾਜਨੀਤੀ ਦੀ ਸ਼ੁਰੂਆਤ ਸਰਦਾਰ ਹਰਮੀ ਸਿੰਘ ਕਲਕਾ ਜੀ ਨੇ ਕੀਤੀ ਜਦੋਂ ਉਹਨਾਂ ਨੇ ਆਪਣੀ ਪ੍ਰਧਾਨਗੀ ਵਾਸਤੇ ਪਾਰਟੀ ਦੀ ਪਿੱਠ ਦੇ ਵਿੱਚ ਸ਼ੁਰੂਆਮਾਰਿਆ ਕੋਜੀ ਰਾਜਨੀਤੀ ਸ਼ੁਰੂਆਤ ਉਹਨਾਂ ਨੇ ਉਦੋਂ ਕੀਤੀ ਜਦੋਂ ਸਾਡੇ ਨਾਲ ਕੀਤੇ ਵਾਅਦੇਬੰਦ ਕਮਰਿਆਂ ਦੇ ਵਿੱਚ ਖਾਧੀਆਂ ਸੋਹਾਂ ਕਿ ਮੈਂ ਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿਣਾ ਕਿ ਮੈਂ ਕੰਮ ਨਹੀਂ ਹੁੰਦਾਂਗਾ ਕੋਜੀ ਰਾਜਨੀਤੀ ਸ਼ੁਰੂਆਤ ਸਰਦਾਰ ਹਰਮੀ ਸਿੰਘ ਕਲਕਾ ਜੀ ਨੇ ਕੀਤੀ ਕਿਹੜੀਆਂ ਸੋਹਾਂ ਸੁਹਾ ਮੈਂ ਤੁਹਾਨੂੰ ਦੱਸ ਦੇਣਾ ਚਾਹਨਾ ਕਿ ਸ਼੍ਰੋਮਣੀ ਅਕਾਲੀ ਦਲ ਤੁਹਾਨੂੰ ਪਤਾ ਹੈ ਸ਼ੀਦਾ ਦੀ ਜਥੇਬੰਦੀ ਹੈ ਸ਼੍ਰੋਮਣੀ ਅਕਾਲੀ ਦਲ 2013 ਤੋਂ ਦਿੱਲੀ ਦੀ ਸੰਗਤ ਸ਼੍ਰੋਮਣੀ ਅਕਾਲੀ ਦਲ ਨੂੰ ਮੰਡਟ ਦੇ ਰਹੀ ਹੈ ਸਰਦਾਰ ਹਰਮੇਸ਼ ਸਿੰਘ ਕਾਲਕਾ ਜੀ ਨੂੰ ਦੋ ਵਾਰ ਐਮਐਲਏ ਬਣਾਇਆ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਸੀਨੀਅਰ ਮੀਤ ਪ੍ਰਧਾਨ ਪ੍ਰਧਾਨ ਬਣਾਇਆ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਜਨਰਲ ਸਕੱਤਰ ਬਣਾਇਆ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਫਿਰ ਸਭ ਤੋਂ ਵੱਡਾ ਅਹੁਦਾ ਜਿਹੜਾ ਦੇ ਕੇ ਨਵਾਜਿਆ ਪ੍ਰਧਾਨ ਪਾਰਟੀ ਦਾ ਦਿੱਲੀ ਸਟੇਟ ਦਾ ਇੱਕੋ ਜੀ ਰਾਜਨੀਤੀ ਉਹਨਾਂ ਨੇ ਸ਼ੁਰੂ ਕੀਤੀ ਜਦੋਂ ਇਹ ਸਾਰੀਆਂ ਚੀਜ਼ਾਂ ਨੂੰ ਜਦੋਂ ਸਾਡੇ ਨਾਲ ਬੰਦ ਕਮਰੇ ਦੇ ਵਿੱਚ ਇਹ ਵਾਅਦੇ ਕੀਤੇ ਸੀ ਮੈਂ ਮਰ ਜਾਵਾਂਗਾ ਮੈਨੂੰ ਪਾਰਟੀ ਨੇ ਇਹਨਾਂ ਕੁਝ ਦਿੱਤਾ ਹੈ ਮੈਂ ਪਾਰਟੀ ਨਹੀਂ ਛੱਡਾਂਗਾ ਮੈਂ ਇਕੱਲਾ ਅਕਾਲੀ ਦਲ ਦਾ ਚੰਡਾ ਲੈ ਕੇ ਦਿੱਲੀ ਦੇ ਅੰਦਰ ਘੁੰਮਾਂਗਾ ਮਗਰ ਪਾਰਟੀ ਨਹੀਂ ਛੱਡਾਂਗਾ ਮੈਂ ਪਾਰਟੀ ਨਾਲ ਤੋਖਾ ਨਹੀਂ ਕਰਾਂਗਾ ਮੈਂ ਤੁਸੀਂ ਆਪ ਦੇਖ ਸਕਦੇ ਹੋ ਪਾਰਟੀ ਨਾਲ ਕੀ ਕੀਤਾ ਉਹਨਾਂ ਨੇ ਪਰ ਉਹਨਾਂ ਵੱਲੋਂ ਕਿਹਾ ਜਾਂਦਾ ਪਿਆ ਹੈ ਕਿ ਬਈ ਜਦੋਂ ਸੁਖਬੀਰ ਸਿੰਘ ਬਾਦਲ ਜੀ ਨੇ ਕਿਹਾ ਕਿ ਸਰਨਾ ਜੀ ਨੂੰ ਮਰਜ ਕਰਕੇ ਪ੍ਰਧਾਨ ਉਹਨਾਂ ਨੂੰ ਬਣਾਓ ਤੇ ਕਹਿੰਦੇ ਤਾਂ ਫਿਰ ਅਸੀਂ ਜਿਹੜਾ ਹੈਗਾ ਇਹ ਸਟੈਂਡ ਜਿਹੜਾ ਲਿਆ ਮੈਂ ਦੱਸ ਦੇਣਾ ਚਾਹਣਾ ਕਿ ਜਦੋਂ ਇਲੈਕਸ਼ਨ ਦਾ ਦੌਰ ਸੀ ਉਦੋਂ ਪੰਜਾਬ ਦੇ ਵਿੱਚ ਵੀ ਇਲੈਕਸ਼ਨ ਚੱਲ ਰਹੇ ਸੀਗੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜਾਂ ਕੋਈ ਵੀ ਪਾਰਟੀ ਜਿਹੜੀ ਹੈ ਉਹ ਜਦੋਂ ਕਿਸੇ ਸਟੇਟ ਦਾ ਪ੍ਰਧਾਨ ਥਾਪਦੀ ਹੈ ਤੇ ਜ਼ਿੰਮੇਵਾਰੀ ਉਹਦੀ ਹੁੰਦੀ ਹੈ ਪਹਿਲੀ ਗੱਲ ਦੂਸਰੀ ਗੱਲ ਮੈਂ ਤੁਹਾਡੇ ਚੈਨਲ ਰਾਹੀਂ ਖੁੱਲਾ ਚੈਲੰਜ ਕਰਦਾ ਸਰਦਾਰ ਰਮੇਸ਼ ਸਿੰਘ ਕਾਲਕਾ ਜੀ ਨੂੰ ਜੇ ਵੈਸੇ ਤੇ ਮੈਨੂੰ ਪਤਾ ਹੈ ਕਿ ਉਹਨਾਂ ਨੂੰ ਗੁਰੂ ਦਾ ਪੈਨ ਨਹੀਂ ਰਹਿ ਗਿਆ ਲੇਕਿਨ ਮੈਨੂੰ ਇਹਨਾਂ ਪਤਾ ਹੈ ਕਿ ਜਿੰਨਾਂ ਕੋ ਉਪਾਠ ਪੂਜਾ ਕਰਦੇ ਨੇ ਮਾੜਾ ਮੋਟਾ ਪੈ ਹਜੇ ਵੀ ਹੋਏਗਾ ਮੈਂ ਧਨਸ਼ੀਰ ਗੁਰਤੇਗ ਬਾਦਲ ਸਾਹਿਬ ਮਹਾਰਾਜ ਦੇ ਸਥਾਨ ਗੁਰਦੁਆਰਾ ਰਕਾਬਗਨ ਸਾਹਿਬ ਵਿਖੇ ਮੈਂ ਕਹਿਣਾ ਆਣ ਮੈਂ ਵੀ ਆਣਾ ਗੁਰੂ ਦੀ ਹਜ਼ੂਰੀ ਦੇ ਵਿੱਚ ਉਹ ਕਹਿਣ ਕਿ ਉਹਨਾਂ ਨੂੰ ਇਹ ਗੱਲ ਸਰਦਾਰ ਸੁਖਵੀਰ ਸਿੰਘ ਬਾਲ ਸਾਹਿਬ ਨੇ ਕੀਤੀ ਹੈ ਉਹ ਜੋ ਸਜਾ ਲਾਣ ਕੇ ਮੈਨੂੰ ਮਨਜ਼ੂਰ ਹੈ ਉਹ ਸਾਰੀਆਂ ਪਲੈਨਿੰਗਾਂ ਤੇ ਇਹਨਾਂ ਦੀ ਸੀਆਂ ਇਨਰ ਦੇ ਸਾਨੂੰ ਕਿਹਾ ਸੀਗਾ ਕਿ ਯਾਰ ਅਸੀਂ اپੋਜੀਸ਼ਨ ਨੂੰ ਵੋਟ ਪਾ ਦੇਾਂਗੇ ਅਸੀਂ ਲੇਕਿਨ ਮਨਜਿੰਦਰ ਸਿੰਘ ਸਿਰਸਾ ਦੇ ਗਰੁੱਪ ਨੂੰ ਅਸੀਂ ਦਿੱਲੀ ਦੀ ਕਮੇਟੀ ਦੇ ਕਾਬਜ ਨਹੀਂ ਹੋਵਾਂਗੇ ਮੈਂ ਗੁਰੂ ਨੂੰ ਜਵਾਬ ਦੇਣਾ ਮੈਂ ਇਹ ਕਮੇਟੀ ਆਰਐਸਐ ਦੇ ਹਵਾਲੇ ਨਹੀਂ ਜਾਂਦਿਆਂਗਾ ਮੈਂ ਮਰਦਾ ਮਰ ਜਾਾਂਗਾ ਤੁਸੀਂ ਮੇਰੇ ਨਾਲ ਹੋ ਅਸੀਂ ਕੈਸੀ ਨਾਲ ਹ ਸਾਨੂੰ ਥੋੜੀ ਪਤਾ ਸੀ ਕਿ ਤੁਸੀਂ ਸਾਰਿਆਂ ਦੇ ਪੇੜ ਤੇ ਵੀ ਸ਼ੁਰਾ ਮਾਰੋਗੇ ਸ਼ੁਰਾ ਤੇ ਉਹਨਾਂ ਨੇ ਮਾਰਿਆ ਧੋਖਾ ਤੇ ਉਹਨਾਂ ਨੇ ਦਿੱਤਾ ਪਾਰਟੀ ਨੂੰ ਉਹ ਵਾਦੇ ਜਿਹੜੇ ਬੰਦ ਕਮਰੇ ਇਹ ਵੀ 11 ਤਿਲਕ ਮਾਰਕਸ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਕੋਠੀ ਦੇ ਵਿੱਚ ਆ ਵਾਦੇ ਜਿਹੜੇ ਨੇ ਸਾਡੇ ਨਾਲ ਹੋਏ ਨੇ ਮੈਂ ਗੁਰੂ ਸਾਹਿਬ ਦੀ ਜੂਰੀ ਦੇ ਵਿੱਚ ਜਾਵਾਂਗਾ ਮੈਂ ਸੋਹਾਂ ਕੇ ਕਹਾਂਗਾ ਜਿਹੜੇ ਲਫ਼ਜ਼ ਮੈਂ ਬੋਲ ਰਿਹਾ ਉਹੀ ਲਫ਼ਜ਼ ਉੱਥੇ ਬੋਲਾਂਗਾ ਔਰ ਉਹ ਕਹਿਣ ਕਿ ਇਹਨਾਂ ਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਮੈਂ ਦੱਸਦਾ ਇਹਨਾਂ ਨੇ ਗਗਨਦੀਪ ਸਿੰਘ ਬਿੰਦਰਾ ਉਹਦੀ ਡਿਊਟੀ ਲਾਈ ਕਿ ਤੂੰ ਅਰਸ਼ਰਨ ਬੱਲੀ ਕੋਲ ਜਾ ਜਾ ਕੇ ਕਿਸੇ ਤਰੀਕੇ ਸਰਨਿਆਂ ਨੂੰ ਮਲਾ ਤੇ ਸਾਡਾ ਅਲਾਈਅੰਸ ਕਰਾ ਇਹਦਾ ਗਵਾਹ ਸਦਾ ਜਸਪ੍ਰੀਤ ਸਿੰਘ ਵਿੱਕੀ ਮਾਨਵੀ ਹੈ ਬਾਕੀ ਮੈਂਬਰ ਵੀ ਨੇ ਮੈਨੂੰ ਪਤਾ ਲੇਕਿਨ ਉਹ ਇਸ ਟਾਈਮ ਉਹਨਾਂ ਦੀ ਮਜਬੂਰੀਆਂ ਵੀ ਨੇ ਔਰ ਉਹਨਾਂ ਦਾ ਜੋ ਵੀ ਹੈਗਾ ਉਹ ਜਵਾਬ ਉਹ ਜ਼ਿਆਦਾ ਬੈਟਰ ਦੇ ਸਕਦੇ ਨੇ ਮੈਂ ਜੋ ਦੋ ਨਾਮ ਲੈ ਰਿਹਾ ਇਹ ਦੋ ਨਾਮ ਉਹ ਨਾਮ ਮੈਂ ਇਸ ਕਰਕੇ ਲੈ ਰਿਹਾ ਕਿਉਂਕਿ ਇਹ ਗੁਰਤੇਗ ਬਾਦਲ ਸਾਹਿਬ ਮਾਰਾ ਦਾ ਪੈਰ ਰੱਖਦੇ ਨੇ ਇਹਨਾਂ ਨੂੰ ਉਸ ਅਕਾਲ ਪੁਰਖ ਨਾਲ ਪੂਰਾ ਪਿਆਰ ਹੈ ਇਹਨਾਂ ਨੂੰ ਗੁਰੂ ਦੀ ਯੂਰੀ ਪੁੱਛ ਲੋ ਤੁਹਾਨੂੰ ਸੱਚ ਦੱਸ ਦਣਗੇ ਤੇ ਜਿਹੜੀ ਗੱਲਾਂ ਕਿਉਂਕਿ ਇਹ ਜਿਹੜੀ ਰਾਜਨੀਤੀ ਅੱਜ ਨਜ਼ਰ ਆ ਰਹੀ ਏ ਇਸ ਸਾਰਾ ਕਿਉਂਕਿ ਇਹ ਕਟਨਾਕਰਮ ਜਿਹੜਾ ਹੈ ਨਾ ਕਿੱਥੇ ਨਾ ਕਿੱਥੇ ਜਿਹੜੇ ਸੰਪੰਥ ਦਰਦੀ ਨੇ ਉਹਨਾਂ ਦੇ ਲਈ ਨਾਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਜੋ ਅੱਜ ਦੇ ਹਾਲਾਤ ਦੇਖ ਕੇ ਤੇ ਇਸ ਇਸ ਨੂੰ ਤੁਸੀਂ ਕਿਸ ਪੱਖ ਨਾਲ ਦੇਖਦੇ ਹੋ ਕਿਉਂਕਿ ਤੁਸੀਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਉਹ ਅਲੱਗ ਪਾਰਟੀ ਚ ਨੇ ਹੋਰ ਅਲੱਗ ਪਾਰਟੀਆਂ ਨੇ ਤੇ ਕਿਸ ਸਾਰੇ ਪੱਖ ਨੂੰ ਕਿਉਂ ਦੇਖਦੇ ਹੋ ਇੱਕ ਦੂਜੇ ਤੇ ਕਿਚੜ ਉਛਾਲਣਾ ਇੱਕ ਦੂਜੇ ਤੇ ਜਿਹੜੇ ਸਵਾਲਾਇਤ ਨਿਸ਼ਾਨ ਕਰਨੇ ਆ ਕਿਉਂਕਿ ਕਿੱਥੇ ਨਾ ਕਿੱਥੇ ਸੋਸ਼ਲ ਮੀਡੀਆ ਤੇ ਨਜ਼ਰ ਤੇ ਪਗਦੀ ਆਂਦੀ ਏ ਵੀ ਪਗਦੀ ਹੁੰਦੀ ਏ ਗੱਲ ਭਗ ਤੇ ਚੁੱਕੀ ਜਾਂਦੀ ਏ ਮੈਂ ਇੱਕ ਗੱਲ ਤੁਹਾਨੂੰ ਦੱਸਾਂ ਜੀ ਦਿੱਲੀ ਦੀ ਸੰਗਤ ਬਹੁਤ ਜ਼ਿਆਦਾ ਅਫਸੈਟ ਹੈ ਪਹਿਲੀ ਗੱਲ ਉਹ ਅਫਸੈਟ ਇਸ ਕਰਕੇ ਆ ਕਿ ਉਹਨਾਂ ਨੇ ਸਾਨੂੰ ਚੁਣਿਆ ਸੀਗਾ ਸਾਨੂੰ 28 29 ਮੈਂਬਰਾਂ ਨੂੰ ਚੁਣਿਆ ਸੀਗਾ ਸ਼੍ਰੋਮਣੀ ਅਕਾਲੀ ਦਲ ਕਰਕੇ ਸਾਡੀ ਸੇਵਾਵਾਂ ਨੂੰ ਵੇਖਦੇ ਹੋਏ ਸਾਡੇ ਵਿੱਚ ਜज्ਬਾ ਗੁਰੂ ਪ੍ਰਤੀ ਦੇਖਦੇ ਹੋਏ ਸਾਨੂੰ ਚੁਣਿਆ ਸੀਗਾ ਪਾਰਟੀ ਦਾ ਇਹਦੇ ਵਿੱਚ ਬਹੁਤ ਵੱਡਾ ਰੋਲ ਹੁੰਦਾ ਹੈ ਹੋਰ ਵੀ ਤੇ ਪਾਰਟੀਆਂ ਲੜੀਆਂ ਨੇ ਹੋਰ ਵੀ ਤੇ ਸਾਡੇ ਸਿੱਖ ਵੀਰ ਨੇ ਉਹ ਵੀ ਤੇ ਆਪਣੇ ਇਲਾਕੇ ਵਿੱਚ ਸੇਵਾ ਕਰ ਰਹੇ ਨੇ ਲੇਕਿਨ ਇੱਕ ਬਹੁਤ ਵੱਡਾ ਮੰਡਰੇਟ ਪਾਰਟੀ ਦਾ ਹੁੰਦਾ ਜਿਹਨੂੰ ਕੈਂਡੀਡੇਟ ਵੀ ਤੇ ਪਾਰਟੀ ਦੋਨਾਂ ਨੂੰ ਮਰਜ ਕਰਕੇ ਸੰਗਤ ਦੇਖਦੀ ਹੈ ਤੇ ਉਹਨੂੰ ਚੁਣ ਕੇ ਭੇਜਦੀ ਹੈ ਕਿ ਉਹਸ ਹਾਊਸ ਦੇ ਜਾ ਕੇ ਸੱਚ ਦੇ ਉੱਤੇ ਪਹਿਰਾ ਦੇਗਾ ਔਰ ਸੱਚੀ ਬਾਤ ਚੁਕੇਗਾ ਪੰਥ ਪ੍ਰਤੀ ਖੜਾ ਹੋਏਗਾ ਲੇਕਿਨ ਇਹਨਾਂ ਨੇ ਉਹ ਮਿਸਾਲ ਖਤਮ ਕਰਤੀ ਅੱਜ ਇਨਾ ਵੱਡਾ ਧੋਖਾ ਦਿੱਲੀ ਦੀ ਸੰਗਤ ਕਹਿੰਦੇ ਨੇ ਨਾ ਕਿ ਦਿੱਲੀ ਦੀ ਸੰਗਤ ਨੇ ਸਾਨੂੰ ਕਿਹਾ ਕਿ ਪਾਰਟੀ ਬਣਾਓ ਮੈਂ ਕਹਨਾ ਕਿ ਆ ਪਾਰਟੀ ਲੈ ਕੇ ਜਦੋਂ ਦਿੱਲੀ ਦੀ ਸੰਗਤ ਦੇ ਵਿੱਚ ਉਤਰਨਗੇ ਇਹਨਾਂ ਨੂੰ ਤੇ ਪਤਾ ਉਦੋਂ ਲੱਗੇਗਾ ਅੱਜ ਦਿੱਲੀ ਦੀ ਸੰਗਤ ਮਨਾਂ ਦੇ ਵਿੱਚ ਰੋਸ਼ ਕਰਕੇ ਬੈਠੀ ਹੈ ਕਿ ਆ ਕਰ ਕੀ ਰਹੇ ਨੇ ਇਹਨਾਂ ਨੇ ਮੈਨੂੰ ਬੁਲਾਇਆ ਸੀਗਾ ਮੈਨੂੰ ਪੁੱਛਿਆ ਇਹਨਾਂ ਨੇ ਅਸੀਂ ਪਾਰਟੀ ਅਗਰ ਨਵੀਂ ਬਣਾਦੀ ਹੈ ਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿਣ ਸੱਤ ਮੈਂਬਰ ਉੱਥੇ ਮੌਜੂਦ ਹੈਗੇ ਸੀਗੇ ਉਸ ਗੁਰੂ ਦੀ ਹਜ਼ੂਰੀ ਚ ਆ ਕੇ ਕਹਿਣ ਮੈਂ ਮਨਾ ਕਰਕੇ ਆਇਆ ਸੀਗਾ ਇਹ ਗਲਤ ਸਟੈਪ ਚੁੱਕ ਰਹੇ ਹੋ ਤੁਸੀਂ ਇਹ ਬਿਲਕੁਲ ਗਲਤ ਸਟੈਪ ਹੈ ਪਹਿਲੇ ਦਿਨ ਜਿਸ ਬੰਦੇ ਨੂੰ ਹਫਤਾ ਪਹਿਲੇ ਤੁਸੀਂ ਉਹਦੇ ਤੇ ਇਲਜ਼ਾਮ ਲਗਾ ਰਹੇ ਹੋ ਸਰਦਾਰ ਵਿਕਰਮ ਸਿੰਘ ਰੋਹਿਣੀ ਜੀ ਨੇ ਵੀਡੀਓ ਰਾਹੀਂ ਸਾਰਾ ਸਬੂਤਾ ਸਮੇਤ ਜਨਤਕ ਕੀਤਾ ਉਹਦੇ ਇਲਾਕੇ ਦੀ ਸੰਗਤ ਉੱਥੇ ਪਹੁੰਚੀ ਹੈ 40 ਬੰਦਿਆਂ ਨੇ ਲੈਟਰ ਹੈਡ ਤੇ ਸਾਈਨ ਕਰਕੇ ਉਹਨਾਂ ਨੂੰ ਦਿੱਤਾ ਹੈ ਕਿ ਸਾਡੇ ਗੁਰਦੁਆਰੇ ਦਾ ਸਰਿਆ ਵੇਚ ਕੇ ਖਾ ਗਿਆ ਪੈਸਾ ਵੇਚ ਕੇ ਪੈਸਾ ਖਾ ਗਿਆ ਹੈ ਔਰ ਸਾਡੇ ਗੁਰਦੁਆਰੇ ਦੀ ਰਸੀਦ ਬੁੱਕ 2 ਸਾਲ ਹੋ ਗਏ ਉਹਨਾਂ ਨੇ ਆਪਣੇ ਕੋਲ ਰੱਖੀ ਹੋਈ ਹੈ ਸਾਨੂੰ ਰਸੀਦ ਬੁੱਕ ਵਾਪਸ ਨਹੀਂ ਦੇ ਰਿਆ ਉਦੋਂ ਇਹਨਾਂ ਨੇ ਐਕਸ਼ਨ ਲਿਆ ਵਿਕਰਮ ਜੀ ਨੇ ਵੀਡੀਓ ਰਾਹੀਂ ਸਭ ਕੁਝ ਜਨਤਕ ਕੀਤਾ ਜੇ ਕਮੇਟੀ ਬਣਾਈ ਜਾਂਦੀ ਹੈ ਬੁਲੰਸ਼ਹਿਰ ਦੀ ਜਸਮੀਨ ਸਿੰਘ ਨੋਨੀ ਦੀ ਔਰ ਮੇਰੀ ਮੈਂ ਨਹੀਂ ਜਾਣਾ ਉਸ ਸਮੇਂ ਠੀਕ ਸਮਝਿਆ ਮੈਂ ਬਿਜ਼ੀ ਸੀਗਾ ਇਹ ਗਿਆ ਉੱਥੇ ਉਸ ਬਾਅਦ ਇਹਨਾਂ ਨੂੰ ਪਤਾ ਲੱਗਾ ਕਿ 51000 ਰੁਪਏ ਉੱਥੋਂ ਗੋਲਕ ਆਈ ਹੈ ਔਰ 3 ਮਹੀਨੇ ਹੋ ਗਏ ਨੇ ਸਰਦਾਰ ਨੋਨੀ ਜੀ 51000 ਰੁਪਏ ਲੈ ਕੇ ਆਪਣਾ ਆਨੰਦ ਮਾਨ ਰਹੇ ਨੇ ਜਦੋਂ ਬੁਲੰਸ਼ਹਿਰ ਤੋਂ ਇਹਨਾਂ ਨੂੰ ਫੋਨ ਆਂਦਾ ਹੈ ਇਹ ਫਿਰ ਇੱਕ ਚਿੱਠੀ ਕਰਦੇ ਨੇ ਨੋਨੀ ਨੂੰ ਉਹ 51000 ਰੁਪਏ ਲੈ ਕੇ ਆਇਆ ਜਮ੍ਹਾਂ ਕਰਾ ਉਹ ਅਗਲੇ ਦਿਨ ਫਿਰ ਜਮ੍ਹਾਂ ਕਰਾਉਂਦਾ ਉਹ 3 ਮਹੀਨੇ ਗੁਰੂ ਦੇ ਪੈਸੇ ਕਿਉਂ ਵਰਤੇ ਉਹਨੇ ਜੇ ਬਿਲਡਿੰਗ ਜਸ ਬਿਲਡਿੰਗ ਦਾ ਇਹਨ ਉਸ ਬਿਲਡਿੰਗ ਦੇ ਵਿੱਚ ਸਾਲ 1.5 ਸਾਲ 2 ਸਾਲ ਜੋ ਵੀ ਹੈਗਾ ਉਹਦਾ ਕਿਰਾਇਆ ਉਹਨੇ ਐਗਰੀਮੈਂਟ ਡਾਇਰੈਕਟ ਆਪਣੇ ਨਾਮ ਦੇ ਕੀਤੇ ਹੋਏ ਨੇ ਮੇਰੇ ਸਾਹਮਣੇ ਦੀ ਗੱਲ ਹੈ ਮੈਂ ਕਹਿੰਦਾ ਗੁਰੂ ਦੀ ਹਜ਼ੂਰੀ ਦੇ ਵਿੱਚ ਆ ਕੇ ਮੇਰੇ ਨਾਲ ਗੱਲ ਕਰਨ ਮੈਂ ਫਿਰ ਦਸੂਗਾ ਮਨੂੰ ਪੌਣ ਝੂਠਾ ਜੇ ਮੈਂ ਝੂਠਾ ਨਿਕਲਦਾ ਜੋ ਸੰਗਤ ਸਜਾ ਲਏਗੀ ਮਨੂੰ ਮਨਜ਼ੂਰ ਹੈ ਇਹਨਾਂ ਨੇ ਗੁਰੂ ਨਾਲ ਧੋਖਾ ਮਾਇਆ ਹੈ ਇਹ ਸੀਟ ਜਿਹੜੀ ਹੈ ਗੁਰੂ ਨਾਲ ਧੋਖਾ ਮਾ ਕੇ ਲਈ ਹੈ ਇਹ ਸੀਟ ਚੱਲੇਗੀ ਨਹੀਂ ਜ਼ਿਆਦਾ ਕਿਉਂਕਿ ਗੁਰੂ ਦੀ ਲਾਠੀ ਦੇ ਵਿੱਚ ਆਵਾਜ਼ ਨਹੀਂ ਹੈ ਉਹਨੇ ਪੈਸਾ ਖਾਦਾ ਉਨੇ ਬੀਅਰ ਕਾਲਜ ਦਾ ਪੈਸਾ ਖਾਦਾ ਹਫਤੇ ਬਾਅਦ ਤੁਸੀਂ ਉਹਨੂੰ ਪਾਰਟੀ 'ਚ ਹਫਤਾ ਪਹਿਲੇ ਕੱਢ ਰਹੇ ਹੋ ਹਫਤੇ ਬਾਅਦ ਤੁਸੀਂ ਕਹਿ ਰਹੇ ਜੀ ਮੇਰੀ ਮਜਬੂਰੀ ਹੈ ਮੈਂ ਤੇ ਉਹਨੂੰ ਬਣਾਉਣਾ ਮੈਂ ਐਸੀ ਚੀਜ਼ਾਂ ਨੂੰ ਦੇਖਦੇ ਹੋਏ ਕਿ ਝੂਠ ਦਾ ਇਨਾ ਵੱਡਾ ਸਹਾਰਾ ਲੈ ਕੇ ਸਦਾਰ ਰਮਿੰਦ ਸਿੰਘ ਕਾਲਕਾ ਜੀ ਪ੍ਰਧਾਨ ਬਣੇ ਨੇ ਮੈਂ ਤੇ ਗੁਰੂ ਦੇ ਚੰਨਾ ਚਰਦਾਸ ਕਰਾਂਗਾ ਕਿ ਮਹਾਰਾਜ ਇਹਨਾਂ ਨੂੰ ਬਲ ਬਖਸ਼ਣ ਕੋਲ ਹਜੇ ਵੀ ਅਗਰ ਮੌਕਾ ਹੈ ਨਾ ਕੋਲ ਝੂਠ ਬੋਲਣਾ ਕੱਟ ਕਰਦਨ ਗੁਰਦੁਆਰਾ ਸੀਸਗੰਸਾਬ ਨੂੰ ਲੈ ਕੇ ਜੋ ਹੈ ਝੂਠ ਬੋਲ ਰਹੇ ਨੇ ਕਿ ਜੀ ਉਹ ਪਹਿਲੇ ਲਿਖਿਆ ਹੋਇਆ ਸੀਗਾ ਇਹ ਸੀਗਾ ਉਹ ਸੀਗਾ ਅੱਜ ਵੀ ਮੈਂ ਅੱਜ ਦੀ ਗੱਲ ਕਰ ਰਿਹਾ ਹਜੇ ਤੱਕ ਉੱਥੋਂ ਪੈਡਿੰਗ ਉਤਰ ਚੁੱਕੀ ਹੈ ਉਹ ਤਿਆਰ ਹੋ ਕੇ ਸੰਗਤ ਦੇ ਹਵਾਲੇ ਕਰ ਦਿੱਤਾ ਗਿਆ ਸੀਗਾ ਸਾਡੇ ਨਾਲ ਸੀਗੇ ਸੁਖਵਿੰਦਰ ਸਿੰਘ ਬੱਬਰ ਗੱਲ ਕਰ ਰਹੇ ਸੀਗੇ ਅੱਜ ਦੇ ਦਿੱਲੀ ਦੇ ਪੰਥਕ ਹਲਾਤਾ ਦੇ ਜੋ ਕਾਫੀ ਚਰਚਾ ਦਾ ਵਿਸ਼ੇ ਬਣੇ ਹੋਏ ਨੇ ਸੋਸ਼ਲ ਮੀਡੀਆ ਤੇ ਖਾਸ ਕਰਕੇ ਔਰ ਇੱਕ ਦੂਜੇ ਉੱਤੇ ਜਿਹੜੀ ਦੁਸ਼ਨਬਾਜੀ ਔਰ ਰੈਗੂਲਰ ਨਜ਼ਰ ਆਂਦੀ ਹੈ ਤੇ ਕਿਤੇ ਨਾ ਕਿਤੇ ਜਿਹੜੇ ਪੰਥ ਦੋਖੀ ਪੰਥ ਦਰਦੀ ਨੇ ਉਹਨਾਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਇੱਕ ਨਿਰਾਸ਼ਾ ਹੈ ਕੀ ਕਹਿਣਾ ਚਾਹਾਂਗੇ ਮੈਂ ਤੇ ਇੱਕ ਚੀਜ਼ ਇਸ ਬਾਰੇ ਹੋਰ ਕਹਿਣੀ ਚਾਹਾਂਗਾ ਜੋ ਤੁਸੀਂ ਗੱਲ ਕੀਤੀ ਹੈ ਇਹ ਗੱਲ ਮੈਨੂੰ ਆਪਣੀ ਚੰਗੀ ਲੱਗਦੀ ਮੈਂ ਇੱਕ ਗੁਰੂ ਦਾ ਸੇਖਾ ਉਹਦਾ ਪੈਰ ਰੱਖਦਾ ਆ ਸਾਨੂੰ ਸੋਸ਼ਲ ਮੀਡੀਆ ਤੇ ਆਪਣੇ ਚੰਗੇ ਕੰਮ ਦੱਸਣੇ ਚਾਹੀਦੇ ਨੇ ਸਾਨੂੰ ਸੋਸ਼ਲ ਮੀਡੀਆ ਤੇ ਕੀਤੀਆਂ ਮਦਦ ਸੰਗਤ ਦੀ ਕਰਨੀ ਉਹ ਦੱਸਣੀ ਚਾਹੀਦੀ ਹੈ ਬਜਾਏ ਅਸੀਂ ਇੱਕ ਦੂਸਰੇ ਦੇ ਰੋਜ਼ ਅਸੀਂ মিডিਆ ਬੁਲਾ ਕੇ ਅਸੀਂ ਪ੍ਰੈਸ ਕਾਨਫਰੰਸ ਨਹੀਂ ਕਦੀ ਕਿਹੜੇ ਪੱਕੇ ਕੋ 20 ਸਾਲ ਪੁਰਾਣੀ ਕਾਢ ਲੈਂਦਾ ਕਿਤਾਬ ਕੋ 10 ਸਾਲ ਪੁਰਾਣੀ ਕਿਤਾਬ ਕਾਢ ਲੈਂਦਾ ਇਹ ਕੀਤਾ ਉਹ ਕੀਤਾ ਮੈਂ ਸਮਝਦਾ ਕਿ ਸਾਨੂੰ ਇਸ ਚੀਜ਼ ਤੋਂ ਮੈਂ ਵੀ ਉਹਦੇ ਵਿੱਚ ਹਾਮਿਲ ਆ ਮੈਂ ਕੋਸ਼ਿਸ਼ ਕਰਾਂਗਾ ਲੇਕਿਨ ਮਨੁਅ ਜੇ ਬੋਲਣਾ ਇਸ ਕਰਕੇ ਪਿਆ ਕਿਉਂਕਿ ਝੂਠ ਦੀ ਹੱਦ ਹੋ ਗਈ ਹੈ ਇੱਕ ਝੂਠ ਨੂੰ ਇਨਾਂਕ ਵਾਰ ਬੋਲਿਆ ਜਾ ਰਿਹਾ ਜਿਸ ਕਰਕੇ ਮੈਨੂੰ ਅੱਜ ਸਾਹਮਣੇ ਆਣਾ ਪਿਆ ਮੈਂ ਬੇਨਤੀ ਕਰਦਾ ਮਨੂੰ ਮਹਾਰਾਜ ਅੱਗੋਂ ਵੀ ਸੋਝੀ ਪਾਉਣ ਕਿ ਮੈਂ ਅੱਗੋਂ ਦੀ ਸਿਰਫ ਜਿਹੜੀਆਂ ਸੰਗਤ ਵਾਸਤੇ ਜੋ ਮਨੁਸ਼ਰਮਣੀ ਕਮੇਟੀ ਨੇ ਸੇਵਾ ਲਈ ਹੈ ਜੋ ਮਨੁਸ਼ਰਮਣੀ ਅਕਾਲੀ ਦਲ ਸੇਵਾ ਲਾਹੂਗੀ ਉਹ ਸੇਵਾ ਸਿਰਫ ਜਨਤਾ ਕਰਾਂਗੇ ਬਜਾਏ ਇਹੋ ਜੀਆਂ ਲੇਕਿਨ ਮੈਂ ਬੇਨਤੀ ਕਰਾਂਗਾ ਇਹਨਾਂ ਨੂੰ ਵੀ ਕਿ ਦੂਸ਼ਣ ਬਾਜੀਆਂ ਬੰਦ ਕਰਨ ਦੂਸਰਿਆਂ ਦੇ ਦਫ਼ਤਰਾਂ ਦੇ ਉੱਤੇ ਕਬਜ਼ਾ ਕਰਨ ਦਾ ਧਿਆਨ ਹਟਾਣ ਤੇ ਜਿਹੜੀ ਦਿੱਲੀ ਦੀ ਸੰਗਤ ਨੇ ਇਹਨਾਂ ਨੂੰ ਸੇਵਾ ਦਿੱਤੀ ਹੈ ਉਹ ਸੇਵਾ ਕਰਨ ਤੇ ਮੇਰੇ ਖਿਆਲ ਨਾਲ ਦਿੱਲੀ ਦੀ ਸੰਗਤ ਦੇ ਦਿਲਾਂ ਦੇ ਵਿੱਚ ਇਹ ਜਗ੍ਹਾ ਬਣਾ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ